अंकल जी ਤੁਹਾਡਾ? ਮੇਰਾ ਨਾਮ ਪਰਮਿੰਦਰ ਸਿੰਘ ਹੈ। ਆ ਜਿਹੜਾ ਲੈਂਟਰ ਡਿੱਗਾ ਕਿਹਨਾਂ ਦਾ ਲੈਂਟਰ ਡਿੱਗਾ ਜੀ? ਲੈਂਟਰ ਸਾਡਾ ਡਿੱਗਾ ਜੀ। ਤੇ ਕੀ ਕਿਵੇਂ ਡਿੱਗਾ ਤੇ ਕੀ ਮਾਮਲਾ ਜੀ? ਇਹਦੀ ਛਟਰਿੰਗ ਜਿਹੜੀ ਸੀ ਨਾ ਇਹਦੇ ਕੋਲ ਸਹੀ ਨਹੀਂ ਲੱਗਣੀ। ਇਹ ਜਿਉਂਦੋਂ ਇਹ ਛਟਰ ਲਾਉਣ ਆਇਆ ਤੇ ਉਦੋਂ ਦਾ ਛਟਰਿੰਗ ਨਹੀਂ ਸਹੀ ਲਾਈ ਇਹਨੇ। ਅਸੀਂ ਬੜਾ ਹੀ ਰੌਲਾ ਪਾਇਆ। ਇਹ ਠੇਕੇਦਾਰ ਨੂੰ ਕਿਹਾ ਤੇ ਠੇਕੇਦਾਰ ਨੇ ਉਹਨੂੰ ਕਿਹਾ ਵਾ ਵੀ ਤੂੰ ਤੇਰੀ ਛਟਰਿੰਗ ਵੀ ਸਹੀ। ਕਹਿੰਦਾ ਮੇਰੀ ਜ਼ਿੰਮੇਵਾਰੀ ਆ, ਮੈਂ ਆਪੇ ਜ਼ਿੰਮੇਵਾਰ ਆ, ਮੈਂ ਲਿਖਦੀ ਨਹੀਂ। ਛਟਰਿੰਗ ਜਿਹੜੀ ਕਿੰਨੇ ਲਾਈ? ਇਹ ਸੋਨੂ ਭੈਣ ਨੇ ਲਾਈ ਹੈ। ਤੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਘੱਟੋ ਘੱਟ 20 ਲੱਖ ਦਾ ਹੋ ਗਿਆ ਜੀ। ਤੇ ਜਿਹੜੀ ਸੱਟ ਵੀ ਲੱਗੀ ਕਿਸੇ ਦੇ? ਸੱਟ ਲੱਗੀ ਮੇਰੇ ਮੁੰਡੇ ਦੇ ਲੱਗੀ। ਕੀ ਨਾਮ ਉਹਦਾ ਜੀ? ਹਰਪ੍ਰੀਤ। ਕੀ ਮੰਗ ਕਰਦੇ? ਇਹਨਾਂ ਨੇ ਸਾਡਾ ਜੋ ਕੁਝ ਹੈ ਨੁਕਸਾਨ ਹੋਇਆ ਸਾਨੂੰ ਪੂਰਤੀ ਕੀਤੀ ਜਾਵੇ। ਕੀ ਨਾਮ ਤੁਹਾਡਾ? ਅੰਮ੍ਰਿਤਪਾਲ ਸਿੰਘ ਭਾਜੀ। ਆ ਜਿਹੜਾ ਅੱਜ ਲੈਂਟਰ ਡਿੱਗਾ ਫਤਿਹਾਬਾਦ, ਕੀ ਮਾਮਲਾ ਸਾਰਾ? ਇਹ ਮਾਮਲਾ ਭਾਜੀ ਮੈਂ ਨਾ ਠੇਕੇ 'ਤੇ ਲਿਆ ਸੀ ਗਾੜੀ, ਮੈਂ ਇਹਨੂੰ ਆਪ ਭੈਣ ਨੂੰ ਦਿੱਤਾ ਠੇਕੇ 'ਤੇ ਦਿੱਤਾ ਸੀ। ਭਾਜੀ ਮੈਂ ਉਹਨਾਂ ਨੂੰ ਕਿਹਾ ਅੱਧਾ ਲੈਂਟਰ ਮੇਰਾ ਪੈ ਗਿਆ ਅਤੇ ਉਹ ਘੋੜੀਆਂ ਟੇਡੀਆਂ ਨੇ ਇਹਨੂੰ, ਮੈਂ ਕਿਹਾ ਰੋਕ ਲਓ। ਉਹ ਕਹਿੰਦੇ ਕਿ ਭਾਜੀ ਸ਼ੁਰੂ ਕਰੋ, ਕੋਈ ਨਹੀਂ ਆ ਮੇਰੀ ਜ਼ਿੰਮੇਵਾਰੀ ਆ। ਇਹੋ ਜ਼ਿੰਮੇਵਾਰੀ ਜੋ ਵੀ ਇਹਦਾ ਲੈਂਟਰ ਦਾ ਨੁਕਸਾਨ ਹੋਇਆ ਸਾਰਾ ਉਹਨਾਂ ਨੂੰ ਪ੍ਰਾਪਤ ਕੀਤਾ ਗਿਆ। ਕਿੰਨਾ ਕੁ ਪ੍ਰਾਪਤ ਕੀਤਾ ਸਰ? ਇਹ ਭੈਲ ਤੋਂ, ਸ਼ਟਰਿੰਗ ਵਾਲੇ ਤੋਂ। ਨਹੀਂ ਤੁਸੀਂ ਕਿਹਨੂੰ ਕਿਹਦਾ ਕਸੂਰ ਦੱਸ ਦਿੰਦੇ ਵੀ ਜਿਹੜਾ ਲੈਂਟਰ? ਕਸੂਰ ਸਾਰਾ ਸ਼ਟਰਿੰਗ ਵਾਲੇ ਦਾ ਭਾਜੀ, ਉਹਨੇ ਘੋੜੀਆਂ ਨਹੀਂ ਸਹੀ ਲਾਈਆਂ ਥੱਲੇ। ਕਿਹੜੇ ਸ਼ਟਰਿੰਗ ਵਾਲੇ? ਭੈਲ ਦਾ, ਭੈਲ ਸ਼ਟਰਿੰਗ। ਕੀ ਮੰਗ ਕਰਦੇ? ਮੰਗ ਇਹੋ ਕਰਦੇ ਜੋ ਭਾਜੀ ਨੁਕਸਾਨ ਹੈ ਸਾਰਾ ਭਰਿਆ ਗਿਆ। ਕੀ ਨਾਂ ਤੁਹਾਡਾ? ਮੇਰਾ ਨਾਂ ਕੁਲਵਿੰਦਰ ਸਿੰਘ ਜੀ। ਮੈਮ ਸਾਹਿਬ ਕੀ ਗੱਲਬਾਤ ਹੋਈ ਇੱਥੇ? ਗੱਲਬਾਤ ਹੋਈ ਹੈ ਜੀ, ਇਹ ਲੈਂਟਰ ਪੈਣ ਡਿਆ ਸੀ, ਲੈਂਟਰ ਪੈਣ ਡਿਆ ਸੀ ਅਤੇ ਅੱਧਾ ਲੈਂਟਰ ਪੈ ਗਿਆ ਵਾ ਅਤੇ ਘੋੜੀਆਂ ਖਿਸਕਦੀਆਂ ਸੀ। ਮਿਸਤਰੀ ਨੇ ਆਖਿਆ ਵੀ ਭਾਜੀ ਆਪਣੀਆਂ ਘੋੜੀਆਂ ਖਿਸਕ ਗਈਆਂ ਵਾ ਅਤੇ ਆਪਣਾ ਲੈਂਟਰ ਬੰਦ ਕਰ ਦਈਏ। ਇਹਨੇ ਮੁੰਡੇ ਨੇ ਲੈਂਟਰ ਨਹੀਂ ਬੰਦ ਕੀਤਾ ਅਤੇ ਇਹ ਨੁਕਸਾਨ ਹੋ ਗਿਆ ਇਹਨਾਂ ਦਾ। ਕਿਹਦਾ ਕਸੂਰ ਦੱਸ ਦਿਓ ਤੁਸੀਂ? ਕਸੂਰ ਜੀ ਸੈਟਰ ਨਾਲ। ਕੀ ਨਾਂ ਉਹਦਾ ਸ਼ਟਰਿੰਗ? ਉਹਦਾ ਨਾਂ ਸੋਨੂੰ, ਆਪਣਾ ਭੈਲ ਕਹਿੰਦੇ। ਕੀ ਮੰਗ ਕਰਦੇ ਜੀ? ਮੰਗ ਕਰਦੇ ਜੀ ਇਹਦਾ ਜਿਹੜਾ ਗਰੀਬ ਦਾ ਨੁਕਸਾਨ ਹੋ ਗਿਆ। ਅੱਗੇ ਪੈਸਾ ਚੁੱਕ ਕੇ ਇਹਨੇ, ਆਹ ਪਤਾ ਨਹੀਂ ਕਿੱਥੋਂ ਕਿੱਥੋਂ ਪੈਸਾ ਚੁੱਕ ਕੇ ਅਤੇ ਇਹਨੇ ਵਿਚਾਰੇ ਨੇ 2 ਸਾਲਾਂ ਪਿੱਛੋਂ ਸੈਟਰਿੰਗ ਪਾਉਣ ਲੱਗਾ, ਲੈਂਟਰ ਪਾਉਣ ਲੱਗਾ ਅਤੇ ਇਹਦਾ ਜੀ ਨੁਕਸਾਨ ਜਿਹੜਾ ਹੋਇਆ ਇਹਦਾ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ। ਅਤੇ ਸੱਟ ਵੀ ਲੱਗੀ ਇਹਦੇ? ਹਾਂਜੀ, ਭੁਪਿੰਦਰ ਸਿੰਘ ਦੇ ਬੇਟੇ ਦੇ ਲੱਗੀ ਹੈ ਜੀ। ਕਿੰਨੀ ਕੁ ਸੱਟ ਆ? ਨੱਕ 'ਤੇ ਲੱਗੀ ਆ, ਗੋਡੇ 'ਤੇ ਲੱਗੀ ਆ ਜੀ, ਨਾਲ ਇੱਕ ਬਾਂਹ ਦੇ ਆ।